ਜੋ ਪੰਜਾਬ ਦਾ ਫਿਲਹਾਲ ਅੰਮ੍ਰਿਤਪੁਰ ਨੂੰ ਲੈ ਕੇ ਮਾਹੌਲ ਬਣ ਰਿਹਾ ਹੈ ਇਹਦੇ ਪਿੱਛੇ ਰਾਜਨੀਤਿਕ ਗਰੋਟੀਆਂ ਵੀ ਸੀਕੀਆਂ ਜਾ ਰਹੀਆਂ ਨੇ 100% ਕੋਈ ਸ਼ੱਕ ਨਹੀਂ ਮੈਂ ਸੋਚਦਾ ਵੀ ਅਗਰ ਇਹ ਸਰਕਾਰ ਨੇ ਇਸ ਕੰਮ ਨੂੰ ਕਰਨ ਦੇ ਵਿੱਚ ਇੰਨੀ ਦੇਰੀ ਲਗਾਈ ਆ ਅਗਰ ਇੰਨਾ ਸਮਾਂ ਦਿੱਤਾ ਤਾਂ ਇਹ ਸਰਕਾਰ ਦੀ ਕਿਤੇ ਨਾ ਕਿਤੇ ਵੱਧ ਨੀਤੀ ਬੜੀ ਗੰਭੀਰਤਾ ਨਾਲ ਨਜ਼ਰ ਆ ਰਹੀ ਆ ਲੋਕ ਇਸ ਗੱਲ ਦੇ ਉੱਤੇ ਬੜਾ ਸੰਕੇਤ ਲੈ ਰਹੇ ਨੇ ਹੋ ਸਕਦਾ ਆਪਣੀਆਂ ਕਿਹੜੀਆਂ-ਕਿਹੜੀਆਂ ਨੁਕਾਮੀਆਂ ਛੁਪਾਉਣ ਦੇ ਲਈ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕੰਮਾਂ ਨੂੰ ਛੁਪਾਉਣ ਦੇ ਲਈ ਇਹ ਇਸ ਟੰਗ ਨੂੰ ਇਹਨਾਂ ਨੇ ਲੇਟ ਕਰਕੇ ਇਸ ਟੰਗ ਨਾਲ ਪ੍ਰਸਾਰਿਤ ਕੀਤਾ ਬਿਲਕੁਲ ਇਹ ਲੋਕਲ ਸਰਕਾਰ ਦੀ ਬਹੁਤ ਵੱਡੀ ناکامی ਹੈ ਇਹ ਇਹ ਚੋਣਾਂ ਅੱਜ ਤੋਂ 2 ਮਹੀਨੇ ਪਹਿਲਾਂ ਹੋ ਜਾਣੇ ਚਾਹੀਦੇ ਸੀ 25 ਤਰੀਕ ਨੂੰ ਕਾਰਜਕਾਲ ਖਤਮ ਹੋ ਗਿਆ ਇਹਨਾਂ ਦਾ ਮਾਤਰ ਲਕਸ਼ ਸੀ ਵੀ ਕਿਸੇ ਢੰਗ ਦੇ ਨਾਲ ਅਸੀਂ ਲੋਕਲ ਬਾਡੀ ਗਵਰਨਮੈਂਟ ਦੇ ਥਰੂ ਅਸੀਂ ਸਰਕਾਰ ਅਸੀਂ ਆਪ ਕਾਰਪੋਰੇਸ਼ਨ ਚਲਾਈਏ ਸਾਡੇ ਹਲਕਾ ਇੰਚਾਰਜ ਜਾਣ ਵੀ ਜਿਹੜੇ ਲੋਕਾਂ ਦੇ ਕੰਮ ਪਾਸ ਹੋਏ ਹੋਏ ਨੇ ਉਹਨਾਂ ਦੇ ਵਰਕ ਆਰਡਰ ਨਹੀਂ ਜਾਰੀ ਕਰ ਰਹੇ ਔਰ ਜਿਨ੍ਹਾਂ ਦੇ ਵਰਕ ਆਰਡਰ ਜਾਰੀ ਹੋ ਗਏ ਸੀਗੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀਗਾ ਇਹ ਸਰਕਾਰ ਦੀ ਦੇਣ ਸੀ ਤਾਂ ਜੋ ਵੀ ਇਹ ਸਾਰੇ ਕੰਮ ਜਿਹੜੇ ਆ ਇਹ ਹੁਣ ਜਦੋਂ ਸਰਕਾਰ ਦੀ ਮਿਆਦ ਖਤਮ ਹੋ ਜੇਗੀ ਕਾਉਂਸਲਰਾਂ ਦੀ ਤਾਂ ਇਹਨਾਂ ਦੇ ਨੁਮਾਇंदे ਆਪ ਜਾ ਕੇ ਆਪਣੇ ਹਲਕਾ ਇੰਚਾਰਜਾਂ ਤੋਂ ਆਪਣੇ ਐਮਐਲਏ ਤੋਂ ਲੋਕਾਂ ਕੋਲ ਜਾ ਕੇ ਦੱਸਣ ਕਿ ਕੰਮ ਅਸੀਂ ਕਰਾਏ ਆ ਮੈਂ ਤਾਂ ਤੁਹਾਨੂੰ ਪਹਿਨੇ ਕਿਹਾ ਜੀ ਇੱਕ ਗੈਰ ਤਜਰਬੇਕਾਰ ਲੋਕਾਂ ਦੀ ਸਰਕਾਰ ਹੈ ਇਹ ਲੋਕ ਗਨੇ ਇੰਨਾ ਕਿ ਚੂਟ ਬੋਲਦੇ ਜਦੋਂ ਤੁਸੀਂ ਇਹਨਾਂ ਨੂੰ ਜਾਗਰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ মিডিਆ ਦਾ ਵੀ ਗਲਾ ਕੁੱਟ ਰਹੇ ਆ ਇਹ ਜਨਤਾ ਦਾ ਤਾਂ ਗਲਾ ਕੁੱਟੀ ਰਹੇ ਆ মিডিਆ ਦਾ ਵੀ ਘੁੱਲ ਰਹੇ ਆ ਹਰ ਵਰਗ ਦਾ ਇਹ ਸਰਕਾਰਾਂ ਜਾਂ ਇਹਨਾਂ ਦੇ ਨੁਮਾਇੰਦੇ ਗਲਾ ਕੁੱਟਣ ਦੀ ਕੋਸ਼ਿਸ਼ ਕਰ ਰਹੇ ਆ ਭਗਵੰਤ ਮਾਨ ਸਰਕਾਰ ਕਹ ਰਹੀ ਹੈ ਜੀ ਅਸੀਂ ਬਹੁਤ ਕੰਮ ਕਰ ਰਹੇ ਆ ਮਤਲਬ ਕਿ ਸਾਲ 'ਚ ਅਸੀਂ ਕਾਫੀ ਵਿਕਾਸ ਕੀਤਾ ਤੁਹਾਨੂੰ ਕੀ ਲੱਗਦਾ ਸਾਲ ਦੀ ਪਰਫਾਰਮੈਂਸ ਕਿੱਦਾਂ ਦੀ ਰਹੀ ਹੈ 3 ਐਮਐਲਏ ਸਸਪੈਂਡਡ ਹੋ ਗਏ ਜੀ ਰਿਸ਼ਵਤ ਲੈਂਦੇ ਫੜੇ ਗਏ ਉਹਨਾਂ ਤੇ ਪਰਚੇ ਕਰਤੇ ਉਸ ਤੋਂ ਬਾਅਦ ਛੁੱਟ ਕੇ ਆਏ ਤਾਂ ਉਹ ਅੱਜ ਵੀ ਇਹਨਾਂ ਦੇ ਲੋਕਲ ਮੰਤਰੀਆਂ ਦੇ ਨਾਲ ਬੈਠ ਕੇ ਸਰਕਾਰ ਦੇ ਮੰਤਰੀਆਂ ਨਾਲ ਬੈਠ ਕੇ ਪਾਰਟੀ ਦੇ ਮਾਮਲਿਆਂ 'ਚ ਇਨਵੋਲਵ ਨੇ ਪਹਿਲਾਂ ਤਾਂ ਬਦਲਾਅ ਇਹ ਆ ਚਾਹੇ ਲਾਇਨ ਆਰਡਰ ਨੂੰ ਲੈ ਕੇ ਹੋਵੇ ਚਾਹੇ ਪ੍ਰਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਹੋਵੇ ਚਾਹੇ ਇੱਥੇ ਦੇ ਸਾਡੇ ਨੌਕਰੀ ਪੇਸ਼ਾ ਲੋਕਾਂ ਲਈ ਹੋਵੇ ਵਪਾਰੀਆਂ ਲਈ ਹੋਵੇ ਮਜ਼ਦੂਰਾਂ ਲਈ ਹੋਵੇ ਅਗਰ ਉਹ ਸਾਰੇ ਇਸ ਗੱਲ ਦੇ ਅਜ ਭੁਗਤ ਭੋਗੀ ਨੇ ਤਾਂ ਮੌਜੂਦਾ ਸਰਕਾਰ ਇਹਦੇ ਲਈ ਬਹੁਤ ਵੱਡੀ ਜ਼ਿੰਮੇਵਾਰ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਵੈਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਭਪਿੰਦਰ ਸਿੰਘ ਬੈਂਸ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਣ ਲੱਗੇ ਹਾਂ ਹਰਿਆਣਾ ਬੀਜੇਪੀ ਦੇ ਨਮਜਿਤ ਪ੍ਰਧਾਨ ਸ਼੍ਰੀ ਰੇਨਿਸ਼ਤ ਮਾਨ ਜੀ। ਅਹ ਰੇਸ਼ਮਾ ਅਨਿਸਾਬ ਤੇ ਬਿਲਕੁਲ ਤੁਹਾਡਾ ਜਨਾਜੀ ਤੋਂ ਵੀ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਅੱਜ ਕੱਲ ਪੰਜਾਬ ਦੇ ਤਾਜ਼ਾ ਹਾਲਾਤ ਚੱਲਦੇ ਨੇ ਤੁਸੀਂ ਕੀ ਸਮਝਦੇ ਹੋ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ ਦੇਖੋ ਜਿਹੜੇ ਮੌਜੂਦਾ ਹਾਲਾਤ ਨੇ ਇਹ ਗੱਲ ਕਹਿਣ ਦੀ ਕੋਈ ਜ਼ਰੂਰਤ ਨਹੀਂ ਸਭ ਨੂੰ ਪਤਾ ਕਿ ਮੌਜੂਦਾ ਸਰਕਾਰ ਦੀਆਂ ਬਹੁਤ ਹਲਕੀਆਂ ਢਿੱਲਮੁਲ ਵਾਲਾ ਰੁਪਈਆ ਇਹਨਾਂ ਹਰਤਾਂ ਦੇ ਲਈ ਜ਼ਿੰਮੇਵਾਰ ਹੈ ਕਿਉਂਕਿ ਦਿਖਾਇਆ ਕੁਝ ਗਿਆ ਸੀ ਔਰ ਕੀਤਾ ਕੁਝ ਜਾ ਰਿਹਾ ਔਰ ਉਹਦਾ ਸੰਤਾਪ ਪੰਜਾਬ ਦੀ ਜਨਤਾ ਭੋਗ ਰਹੀ ਹੈ ਉਹ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਚਾਹੇ ਲਾਅਨ ਆਰਡਰ ਨੂੰ ਲੈ ਕੇ ਹੋਵੇ ਚਾਹੇ ਪ੍ਰਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਹੋਵੇ ਚਾਹੇ ਇੱਥੇ ਦੇ ਸਾਡੇ ਨੌਕਰੀ ਪੇਸ਼ਾ ਲੋਕਾਂ ਲਈ ਹੋਵੇ ਵਪਾਰੀਆਂ ਲਈ ਹੋਵੇ ਮਜ਼ਦੂਰਾਂ ਲਈ ਹੋਵੇ ਅਗਰ ਉਹ ਸਾਰੇ ਇਸ ਗੱਲ ਦੇ ਅਜ ਭੁਗਤ ਭੋਗੀ ਨੇ ਤਾਂ ਮੌਜੂਦਾ ਸਰਕਾਰ ਇਹਦੇ ਲਈ ਬਹੁਤ ਵੱਡੀ ਜ਼ਿੰਮੇਵਾਰ ਹੈ। ਤੇ ਮਾਦੀ ਜੋ ਸਿੱਖ ਜਥੇ ਜਿੱਥੇ ਬੰਦਿਆਂ ਨੇ ਅਮਰਿਤਪਾਲ ਜੀ ਨੂੰ ਲੈ ਕੇ ਉਹ ਉਹਨਾਂ ਦਾ ਅਕਸਰ ਵਿਰੋਧ ਹੋ ਰਿਹਾ ਉਹ ਕਹਿ ਰਹੇ ਨੇ ਕਿ ਜਿੰਨੇ ਵੀ ਪੰਜਾਬ ਚੱਕੇ ਜਾ ਰਹੇ ਨੇ ਸਿੱਖ ਜੁਗ ਖਾਸ ਕਰਕੇ ਅਮਰਿਤਪਾਲ ਦੀ ਆਰਚ ਪੰਜਾਬ ਸਰਕਾਰ ਇਸ ਨੂੰ ਨਾਜਾਇਜ਼ ਇਹਨਾਂ ਨੂੰ ਤੰਗ ਕਰੀਆ ਕਿ ਇਹ ਗੱਲ ਠੀਕ ਹੈ ਜੀ ਉਹਨਾਂ ਦੀ ਨਹੀਂ ਦੇਖੋ ਇਹ ਇੱਕ ਗਲਤ ਕਿਆਸ ਫਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਪਹਿਲੀ ਤਾਂ ਗੱਲ ਦੇਖੋ ਕਾਨੂੰਨ ਨੂੰ ਇਹੀ ਪੰਜਾਬ ਸਰਕਾਰਾਂ ਨੇ ਪਹਿਲਾਂ ਤਾਂ ਅਪਹਾਈਜ਼ ਕਰਕੇ ਰੱਖਦਾ ਅੱਜ ਅਗਰ ਕਾਨੂੰਨ ਕੰਮ ਕਰ ਰਿਹਾ ਬੜੀ ਦੇਰ ਨਾਲੇ ਕੰਮ ਸ਼ੁਰੂ ਹੋਇਆ ਅਗਰ ਇਹ ਕੰਮ ਸ਼ੁਰੂ ਹੋਇਆ ਤਾਂ ਇਹਦੇ ਵਿੱਚ ਜਿਹੜੇ ਲੋਕ ਇਨਵੋਲਵਮੈਂਟ ਹੋਣਗੇ ਜਾਂ ਜਿੱਥੇ ਪੁਲਿਸ ਨੂੰ ਜ਼ਰੂਰਤ ਹੈ ਇਨਵੈਸਟੀਗੇਸ਼ਨ ਦੀ ਤਾਂ ਪੁਲਿਸ ਨੇ ਉਹ ਕਰਨੀ ਹੈ ਤੇ ਉਹਦੇ ਚ ਸਾਰਿਆਂ ਨੂੰ ਬੜੀ ਕਲੀਅਰ ਜਿਸ ਬੰਦੇ ਤੇ ਕੋਈ ਦੋਸ਼ ਨਹੀਂ ਨਾਇਪਾਲਿਕਾ ਤੇ ਸਾਡੀ ਤੇ ਵਿਸ਼ਵਾਸ ਹੋਣਾ ਚਾਹੀਦਾ ਬੜਾ ਕਲੀਅਰ ਹੈ ਕੋਈ ਇਸਤੇ ਦਾ ਕਿਸੇ ਨਾ ਕੋਈ ਧੱਕੇਸ਼ਾਹੀ ਜਾਂ ਕੋਈ ਜੰਗਲ ਰਾਜਸਾ ਹੈ ਨਹੀਂ ਤੇ ਜੋ ਹੋਏਗਾ ਕਿਸੇ ਨੂੰ ਜੋ ਗੱਲ ਸਾਫ਼ ਹੋਏਗੀ ਅਗਰ ਕਿਸੇ ਤੇ ਦੋਸ਼ ਹੋਏਗਾ ਤਾਂ ਜ਼ਰੂਰ ਉਸ ਨੂੰ ਸਜ਼ਾ ਵੀ ਮਿਲੇਗੀ ਅਗਰ ਕੋਈ ਨਹੀਂ ਦੋਸਤਾ ਉਹਨੂੰ ਫਿਰ ਇਸ ਗੱਲ ਦੇ ਉੱਤੇ ਧਰਮ ਦੀ ਆੜ ਨਹੀਂ ਲੈਣੀ ਚਾਹੀਦੀ ਇਹ ਬੜੀ ਇੱਕ ਗਲਤ ਪ੍ਰਥਾ ਇਹਦੇ ਚੋਂ ਸਾਨੂੰ ਪੰਜਾਬੀਆਂ ਨੂੰ ਨਿਕਲਣ ਦੀ ਜ਼ਰੂਰਤ ਹੈ ਅਕਸਰ ਵੀ ਜਦ ਸਿੱਖ ਜਿੱਥੇ ਬੰਦਿਆਂ ਨੂੰ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਅੰਮ੍ਰਿਤ ਪਾਲ ਨੂੰ ਫਰਨਲੀ ਸਰਕਾਰ ਘਰ ਬੈਠੇ ਵੀ ਉਹਨਾਂ ਨੂੰ ਫੜ ਸਕਦੇ ਸੀ ਕਿ ਸਰਕਾਰ ਨੇ ਸੈਂਟਰ ਸਰਕਾਰ ਨਾਲ ਮਿਲ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਕੇ ਇਸ ਚੀਜ਼ ਨੂੰ ਹਾਈਪ ਕੀਤਾ ਕਿ ਤੁਸੀਂ ਇਸ ਨਾਲ ਐਗਰੀਓ ਜੀ ਮੈਂ ਤਾਂ ਐਗਰੀ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਸਵਾਲ ਪੁੱਛਦਾ ਕਿ ਤੁਸੀਂ ਇਸ ਗੱਲ 'ਤੇ ਐਗਰੀਓ ਕਿ ਇੱਕ ਕੇਂਦਰ ਸਰਕਾਰ ਇੱਕ ਜ਼ਿੰਮੇਵਾਰ ਸਰਕਾਰ ਕਦੇ ਵੀ ਆਪਣੇ ਕਿਸੇ ਪ੍ਰਦੇਸ਼ ਦਾ ਮਾਹੌਲ ਖਰਾਬ ਕਰਨ ਦੀ ਉੱਥੇ ਦੀ ਜਨਤਾ ਦੇ ਪ੍ਰਤੀ ਆਪਣੀ ਜਵਾਬਦੇਹੀ ਨੂੰ ਕੋਈ ਫਿਕਸ ਨਹੀਂ ਰੱਖਦੀ ਕਦੀ ਵੀ ਇਸ ਤਰ੍ਹਾਂ ਦਾ ਇੱਕ ਗਲਤ ਇਹ ਇੱਕ ਗੱਲ ਚਲਾਈ ਜਾ ਰਹੀ ਹੈ ਕੇਂਦਰ ਸਰਕਾਰ ਦਾ ਇਹਦੇ ਵਿੱਚ ਕੋਈ ਉਹ ਨਹੀਂ ਲੇਕਿਨ ਕੇਂਦਰ ਸਰਕਾਰ ਤੋਂ ਲੋਕਲ ਸਰਕਾਰ ਨੇ ਅਗਰ ਕੋਈ ਕਾਨੂੰਨ ਬਸ ਤੁਹਾਨੂੰ ਬਣਾਏ ਰੱਖਣ ਦੇ ਲਈ ਜਦੋਂ ਵੀ ਕੋਈ ਮਦਦ ਮੰਗੇਗੀ ਤਾਂ ਕੇਂਦਰ ਸਰਕਾਰ ਦਾ ਫਰਜ਼ ਆ ਵੀ ਡਟ ਕੇ ਆਪਣੇ ਪ੍ਰਦੇਸ਼ ਦੀ ਇੱਥੇ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਅੱਗੇ ਆਣਾ ਉਹ ਕੇਂਦਰ ਸਰਕਾਰ ਹਮੇਸ਼ਾ ਕਰੇਗੀ ਉਸ ਤੋਂ ਬਾਅਦ ਆਪਣਾ ਤਿਮਨ ਸਾਹਿਬ ਆਪਣੇ ਜਲੰਧਰ ਦੇ ਉਪ ਚਨਾਵ ਆਗਨੇ ਲੋਕ ਸਭਾ ਦੇ ਉਦੇ ਵਿੱਚ ਤੁਹਾਡਾ ਕੀ ਕਹਿਣਾ ਬੀਜੇਪੀ ਦਾ ਉਮੀਦਵਾਰ ਹੋਵੇਗਾ ਨਹੀਂ ਉਮੀਦਵਾਰ ਤਾਂ ਸਾਡਾ ਬੜਾ ਕਲੀਅਰ ਹੈ ਜੀ ਸਾਡਾ ਕਮਲਦਾ ਫੁੱਲ ਉਮੀਦਵਾਰ ਆ ਚਿਹਰਾ ਕੋਈ ਵੀ ਹੋ ਸਕਦਾ ਔਰ ਪਾਰਟੀ ਬੜੇ ਵਧੀਆ ਟੰਗ ਦੇ ਨਾਲ ਇਹ ਚੋਣਾਂ ਦੇ ਵਿੱਚ ਪੰਜਾਬ ਚ ਤੁਹਾਨੂੰ ਇੱਕ ਵਧੀਆ ਹਾਜ਼ਰੀ ਲਾ ਕੇ ਆਏਗੀ ਔਰ ਲੋਕਾਂ ਦੇ ਵਿੱਚ ਜੋ ਬਦਲਾਅ ਨਜ਼ਰ ਆ ਰਿਹਾ ਉਹ ਇਸ ਚੋਣਾਂ ਤੋਂ ਬਾਅਦ ਤੁਹਾਨੂੰ ਪੰਜਾਬ ਦੇ ਰਾਜਨੀਤਿਕ ਸਾਰੇ ਸਮੀਕਰਨ ਚੇਂਜ ਹੁੰਦੇ ਨਜ਼ਰ ਆਣਗੇ ਤੁਹਾਡੀ ਭਗਵੰਤ ਮਾਨ ਸਰਕਾਰ ਕੈਰੀ ਹੈ ਜੀ ਅਸੀਂ ਬਹੁਤ ਕੰਮ ਕਰ ਰਹੇ ਹਾਂ ਮਤਲਬ ਕਿ ਸਾਲ ਚ ਅਸੀਂ ਕਾਫੀ ਵਿਕਾਸ ਕੀਤਾ ਤੁਹਾਨੂੰ ਕੀ ਲੱਗਦਾ ਸਾਲ ਦੀ ਪਰਫਾਰਮੈਂਸ ਕਿੱਦਾਂ ਦੀ ਰਹੀ ਹੈ ਤਿੰਨ ਐਮਐਲਏ ਸਸਪੈਂਡਡ ਹੋ ਗਏ ਜੀ ਰਿਸ਼ਵਤ ਲੈਂਦੇ ਫੜੇ ਗਏ ਉਹਨਾਂ ਤੇ ਪਰਚੇ ਕਰਤੇ ਉਸ ਤੋਂ ਬਾਅਦ ਛੁੱਟ ਕੇ ਆਏ ਤਾਂ ਉਹ ਅੱਜ ਵੀ ਇਹਨਾਂ ਦੇ ਲੋਕਲ ਮੰਤਰੀਆਂ ਦੇ ਨਾਲ ਬੈਠ ਕੇ ਸਰਕਾਰ ਦੇ ਮੰਤਰੀਆਂ ਨਾਲ ਬੈਠ ਕੇ ਪਾਰਟੀ ਦੇ ਮਾਮਲੇ ਚ ਇਨਵੋਲਵ ਨੇ ਪਹਿਲਾਂ ਤਾਂ ਬਦਲਾਵ ਇਹ ਆ ਜਿਹੜੇ ਕਰਪਸ਼ਨ ਨੂੰ ਹਟਾਉਣ ਦੀ ਗੱਲ ਕਹਿੰਦੇ ਸੀ ਕਰਪਟ ਬੰਦਿਆਂ ਨੂੰ ਫੜ ਵੀ ਲਿਆ ਅਗਰ ਉਹ ਪੁਲਿਸ ਨੇ ਫੜ ਲਿਆ ਤੇ ਫੜਨ ਤੋਂ ਬਾਅਦ ਜਦੋਂ ਛੁੱਟ ਕੇ ਆਏ ਜ਼ਮਾਨਤ ਤੇ ਆਏ ਤਾਂ ਪਾਰਟੀ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਦਾ ਇੱਕ ਐਮਐਲਏ ਹੁਣ ਨਵਾਂ ਰੀਸੈਂਟਲੀ ਤੁਸੀਂ ਲੋਕਾਂ ਨੇ মিডিਆ ਨੇ ਦਿਖਾਇਆ 12ਵੀਂ ਦੇ ਪੇਪਰ ਆਪਣੇ ਕਿਸੇ ਹੋਰ ਤੋਂ ਦੁਬਾਰਿਆ 12th ਕਲਾਸ ਦੇ ਤੇ ਇਹ ਬਦਲਾਵਨ ਔਰ ਦੂਜੇ ਪਾਸੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਇਹ ਤੋਂ ਵੀ ਵੱਡਾ ਬਦਲਾਅ ਔਰ ਸਾਲ ਬਾਅਦ ਇਹਨਾਂ ਦੀ ਇੱਕ ਮੰਤਰੀ ਕਹਿ ਰਹੀ ਹੈ ਵੀ ਸਾਨੂੰ ਤਜਰਬਾ ਨਹੀਂ ਸੀ ਅਸੀਂ ਉਸ ਵੇਲੇ ਗੱਲਾਂ ਕਹਿ ਗਏ ਇਹ ਬਦਲਾਅ ਇਹ ਜਿੰਨੇ ਬਦਲਾਅ ਦੀਆਂ ਗੱਲਾਂ ਇਹਨਾਂ ਨੇ ਕਰਕੇ ਲੋਕਾਂ ਦੇ ਇੱਕ ਲਗਾ ਕੇ ਵੀ ਅਸੀਂ ਇਹ ਗਰੰਟੀ ਫਾਰਮ ਭਰ ਰਹੇ ਹਾਂ ਪਬਲਿਕ ਨੂੰ ਅੱਗੇ ਕਰਕੇ ਪਬਲਿਕ ਨੂੰ ਗੁੰਮਰਾਹ ਕੀਤਾ ਇਹ ਜੋ ਪਬਲਿਕ ਤਰਾਹੀ ਤਰਾਹੀ ਕਰ ਰਹੀ ਹੈ ਉਹ ਮੰਗ ਰਹੀ ਹੈ ਵੀ ਆਓ ਸਾਨੂੰ ਮੈਂ ਜਿਹੜੇ ਤੁਸੀਂ ਸਾਡੇ ਗਰੰਟੀ ਫਾਰਮ ਭਰ ਕੇ ਲੈ ਕੇ ਗਏ ਸੀਗੇ ਉਹਨਾਂ ਦਾ ਜਵਾਬ ਤਾਂ ਦੇ ਦਿਓ ਵੀ ਕਮ ਸੇ ਕਮ ਅਸੀਂ ਸਾਨੂੰ ਪਬਲਿਕ ਨੂੰ ਜੋ ਪਬਲਿਕ ਨੇ ਆਸ਼ਾਰਾਂ ਨਾਲ ਵੋਟਾਂ ਪਾਈਆਂ ਸੀਗੀਆਂ ਤਾਂ ਉਹਦਾ ਕੁਝ ਨਾ ਕੁਝ ਤਾਂ ਮੁਆਵਜ਼ਾ ਮਿਲ ਜਵੇ ਲੇਕਿਨ ਅੱਜ ਜਿਹਨਾਂ ਨੂੰ ਗਰੰਟੀ ਫਾਰਮ ਲੱਭ ਰਹੇ ਨੇ ਵੀ ਕਿੱਥੇ ਭਰੇ ਸੀ ਦਾ ਕਿੱਥੇ ਰੱਖੇ ਆ ਉਸ ਵੇਲੇ ਡਾਟਾ ਇਕੱਠੇ ਕੀਤੇ ਦੇ ਝੂਠ ਬੋਲਿਆ ਤੇ ਆਪਣਾ ਮਤਲਬ ਕੱਢਿਆ ਅੱਜ ਪੰਜਾਬ ਭੁਗਤ ਰਿਹਾ ਉਸ ਬਦਲਾਅ ਨੂੰ ਤੇ ਮੈਂ ਸੇ ਆਪ ਸਰਕਾਰ ਵੱਲੋਂ ਸਾਡੇ ਅਧਾਰੇ ਅਜੀਤ ਨਾਲ ਵੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਸਾਡੇ ਪੱਤਰਕਾਰਾਂ ਨਾਲ ਮਤਲਬ ਬੜੀਆ ਰਵਈਆ ਨਹੀਂ ਅਪਣਾਇਆ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਤੁਹਾਨੂੰ ਪਹਿਲੇ ਕਿਹਾ ਜੀ ਇੱਕ ਗੈਰ ਤਜਰਬੇਕਾਰ ਲੋਕਾਂ ਦੀ ਸਰਕਾਰ ਹੈ ਇਹ ਲੋਕਾਂ ਨੇ ਇੰਨਾ ਕਿ ਚੂਟ ਬੋਲਿਆ ਜਦੋਂ ਤੁਸੀਂ ਇਹਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹ ਮੀਡੀਆ ਦਾ ਵੀ ਗਲਾ ਕੁੱਟ ਰਹੀ ਹੈ ਇਹ ਜਨਤਾ ਦਾ ਤਾਂ ਗਲਾ ਘੁੱਟੀ ਰਿਹਾ ਮੀਡੀਆ ਦਾ ਵੀ ਘੁੱਟ ਰਿਹਾ ਹਰ ਵਰਗ ਦਾ ਇਹ ਸਰਕਾਰਾਂ ਜਾਂ ਇਹਨਾਂ ਦੇ ਨੁਮਾਇੰਦੇ ਗਲਾ ਘੁੱਟਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਕੋਈ ਇੱਕ ਮੁੱਦਾ ਜਿਹਦੇ ਤੇ ਇਹ ਬਹੁਤ ਵੱਡੀਆਂ ਗਾਰੰਟੀਆਂ ਲੈਂਦੇ ਸੀ ਜਿਨ੍ਹਾਂ ਦੇ ਕਹਿੰਦੇ ਸੀ ਸਾਡੇ ਕੋਲ ਬਲੂਪ੍ਰਿੰਟ ਤਿਆਰ ਆ ਮੈਂ ਕਹਿੰਦਾ ਕਿਸੇ ਇੱਕ ਮੁੱਦੇ ਤੇ ਇਹ ਸਾਬਤ ਕਰ ਦੇਣਗੇ ਪਿਛਲੇ 1 ਸਾਲ ਸਵਾ ਸਾਲ ਦੇ ਵਿੱਚ ਕੋਈ ਵਰਕ ਹੋਇਆ ਹੋਵੇ ਅਗਰ ਨਹੀਂ ਹੋਇਆ ਤੇ ਇਹਦਾ ਮਤਲਬ ਵੀ ਇਹਨਾਂ ਦੀ ਸੋਚ ਔਰ ਮਾਨਸਿਕਤਾ ਕੁਝ ਹੋਰ ਆ ਇਹੀ ਕੇਜਰੀਵਾਲ ਸੀ ਇਹਨਾਂ ਦਾ ਸੁਪਰੀਮੋ ਜਿਹੜਾ ਕਹਿੰਦਾ ਸੀ ਮੈਨੂੰ ਸਿਕਿਉਰਟੀ ਨਹੀਂ ਚਾਹੀਦੀ ਮੈਨੂੰ ਸਰਕਾਰੀ ਆਵਾਸ ਨਹੀਂ ਚਾਹੀਦਾ ਮੈਨੂੰ ਕੁਝ ਨਹੀਂ ਚਾਹੀਦਾ ਅੱਜ 300 ਤੋਂ ਜ਼ਿਆਦਾ ਬੰਦਾ ਪੰਜਾਬ ਦੀ ਸਿਕਿਉਰਟੀ ਲੈ ਕੇ ਉਹ ਬੈਠਾ ਇਹੀ ਮੁੱਖ ਮੰਤਰੀ ਇਹਦੇ ਪਰਿਵਾਰ ਨੇ ਦੇਖੋ ਕਿੰਨੀ ਕਿੰਨੀ ਸਿਕਿਉਰਟੀ ਹਜ਼ਾਰ ਬੰਦਾ ਮੁੱਖ ਮੰਤਰੀ ਔਰ ਉਹਦੇ ਪਰਿਵਾਰ ਤੇ ਲੱਗਿਆ ਹੋਇਆ ਇਹ ਬਦਲਾਅ ਪੰਜਾਬ ਦੀ ਜਨਤਾ ਨਜ਼ਰ ਆ ਰਹੀ ਹੈ ਜਿਹੜੇ ਕਹਿੰਦੇ ਸੀ ਅਸੀਂ ਕੱਲੇ ਫਿਰਦੇ ਆ ਆਮ ਆਦਮੀ ਆ ਅੱਜ ਆਮ ਆਦਮੀ ਹਜ਼ਾਰ ਹਜ਼ਾਰ ਬੰਦੇ ਦੀ ਸਿਕਿਉਰਟੀ ਲੈ ਕੇ ਘੁੰਮ ਰਿਹਾ ਤੇ ਖਾਸ ਆਦਮੀ ਦਾ ਕੀ ਹਾਮੀਤ ਹੋਏਗੀ ਤੁਸੀਂ ਆਪ ਫਰਕ ਮਹਿਸੂਸ ਕਰ ਸਕਦੇ ਤੀਮਾਨ ਸਭ ਚਲੋ ਹੁਣ ਆਪਾਂ ਗੱਲ ਕਰਦੇ ਆ ਨਗਰ ਨਿਗਮ ਚਨਾਬਾ ਦੀ 5 ਸਾਲ ਦਾ ਆਪਣਾ 25 ਮਾਰਚ ਨੂੰ ਕਾਰਜਕਾਲ ਪੂਰਾ ਹੋ ਗਿਆ ਹਲੇ ਵੀ ਆਪ ਸਰਕਾਰ ਇਸ ਬਾਰੇ ਸਪਸ਼ਟੀ ਸਥਿਤੀ ਸਪਸ਼ਟ ਨਹੀਂ ਕਰ ਪਾਰੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਰਨੀ ਨਹੀਂ ਜੀ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਡੈਮੋਕ੍ਰੇਸੀ ਨਾਲ ਜੁੜਿਆ ਹੋਇਆ ਇਹ ਇੱਕ ਹੋਰ ਗੱਲ ਸਾਬਤ ਕਰਦਾ ਵੀ ਡੈਮੋਕ੍ਰੇਸੀ ਦਾ ਗਲਾ ਕੁੱਟਣ ਦੀ ਕੋਸ਼ਿਸ਼ ਕਿਵੇਂ ਹੋ ਰਹੀ ਹੈ ਇਹ ਚੋਣਾਂ ਅਜੇ ਤੋਂ 2 ਮਹੀਨੇ ਪਹਿਲਾਂ ਹੋ ਜਾਣੇ ਚਾਹੀਦੇ ਸੀ 25 ਤਰੀਕ ਨੂੰ ਕਾਰਜਕਾਲ ਖਤਮ ਹੋ ਗਿਆ ਇਨਾਂ ਦਾ ਮਾਤਰ ਲਕਸ਼ ਸੀ ਵੀ ਕਿਸੇ ਢੰਗ ਦੇ ਨਾਲ ਅਸੀਂ ਲੋਕਲ ਬਾਡੀ ਗਵਰਨਮੈਂਟ ਦੇ ਥਰੂ ਅਸੀਂ ਸਰਕਾਰ ਅਸੀਂ ਆਪ ਕਾਰਪੋਰੇਸ਼ਨ ਚਲਾਈਏ ਸਾਡੇ ਹਲਕਾ ਇੰਚਾਰਜ ਜਾਣ ਵੀ ਜਿਹੜੇ ਲੋਕਾਂ ਦੇ ਕੰਮ ਪਾਸ ਹੋਏ ਹੋਏ ਨੇ ਉਹਨਾਂ ਦੇ ਵਰਕ ਆਰਡਰ ਨਹੀਂ ਜਾਰੀ ਕਰ ਰਹੇ ਔਰ ਜਿਨ੍ਹਾਂ ਦੇ ਵਰਕ ਆਰਡਰ ਜਾਰੀ ਹੋ ਗਏ ਸੀਗੇ ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀਗਾ ਇਹ ਸਰਕਾਰੀ ਦੇਣ ਸੀ ਤਾਂ ਜੋ ਵੀ ਇਹ ਸਾਰੇ ਕੰਮ ਜਿਹੜੇ ਆ ਇਹ ਹੁਣ ਜਦੋਂ ਸਰਕਾਰ ਇਹ ਮਿਆਦ ਖਤਮ ਹੋ ਜੇਗੀ ਕਾਉਂਸਲਰਾਂ ਦੀ ਇਹਨਾਂ ਦੇ ਨੁਮਾਇੰਦੇ ਆਪ ਜਾ ਕੇ ਆਪਣੇ ਹਲਕਾ ਇੰਚਾਰਜਾਂ ਤੋਂ ਆਪਣੇ ਐਮਐਲਏ ਤੋਂ ਲੋਕਾਂ ਕੋਲ ਜਾ ਕੇ ਦੱਸਣ ਕਿ ਕੰਮ ਅਸੀਂ ਕਰਾਇਆ ਔਰ ਲੇਕਿਨ ਜਨਤਾ ਬੜੀ ਜਾਣਕਾਰ ਹੋ ਇਸ ਗੱਲ ਨੂੰ ਜਾਣਦੀ ਆ ਸਮੇਂ ਤੇ ਚੋਣਾਂ ਨਾ ਕਰਾਣਾ ਜਨਤਾ ਦੇ ਦਰਬਾਰ 'ਚ ਨਾ ਜਾਣਾ ਇੱਕ ਹੋਰ ਬਹੁਤ ਵੱਡੀ ਗੱਲ ਸਾਬਤ ਕਰਦਾ ਕਿ ਅਸੀਂ ਡਰ ਰਹੇ ਹਾਂ ਸਾਨੂੰ ਸਮਝ ਆ ਗਈ ਹੈ ਕਿ ਜਨਤਾ ਸਾਡੇ ਤੋਂ ਪਰੇਸ਼ਾਨ ਹੈ ਨਗਰ 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 ਨ ਅਛਾ ਤੁਮਾ ਜੀ ਚਲਦੇ ਚਲਦੇ ਇੱਕ ਸਵਾਲ ਬਹੁਤ ਜ਼ਰੂਰੀ ਹੈ ਜੋ ਅਹਿਮ ਹੈ ਅਕਾਲੀ ਬਾਜਪਾ ਦਾ ਬਹੁਤ ਗੁੜਾ ਰਿਸ਼ਤਾ ਰਿਹਾ ਠੀਕ ਹੈ ਜੀ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋਨੋਂ ਭਰਾ ਫਿਰ ਇਕੱਠੇ ਹੋਣਗੇ ਨਹੀਂ ਭਰਾ ਦੀ ਗੱਲ ਨਹੀਂ ਦੇਖੋ ਭਰਾ ਤਾਂ ਸਾਰੇ ਅਸੀਂ ਆਪਸ ਵਿੱਚ ਕੋਈ ਵੀ ਪੋਲਿਟਿਕ ਪਾਰਟੀ ਹੈ ਸਾਰੇ ਇੱਕ ਦੂਜੇ ਦੇ ਭੈਣ ਭਰਾਈ ਆ ਅਸੀਂ ਸਮਾਜ ਵਿੱਚ ਵਿਚਰਦੇ ਆ ਲੇਕਿਨ ਆਈਡੀਓਲੋਜੀਕਲੀ ਜਦ ਤੱਕ ਸਾਡੀ ਨੀਤੀਆਂ ਸਾਡੇ ਜੋ ਅਸੀਂ ਜਨਤਾ ਨੂੰ ਦੇਣਾ ਚਾਹੁੰਦੇ ਆ ਉਹ ਸਾਡੀਆਂ ਸਪਸ਼ਟ ਨਹੀਂ ਉਦੋਂ ਤੱਕ ਜਦ ਤੱਕ ਸਾਡੇ ਵਿਚਾਰ ਮੇਲ ਨਹੀਂ ਖਾਂਦੇ ਤਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਔਰ ਇਹ ਗੱਲ ਹੁਣ ਬਹੁਤ ਪਾਣੀ ਨਿਕਲ ਗਿਆ ਇਸ ਬੋਲਦੇ ਥੱਲੇਓ ਅਕਾਲੀ ਦਰ ਨੂੰ ਤਾਂ ਨਜ਼ਰ ਹੀ ਨਹੀਂ ਆ ਰਿਹਾ ਵੀ ਅਸੀਂ ਜਾਣਾ ਕੀ ਹੈ ਕਰਨਾ ਕੀ ਹੈ ਉਹ ਰੋਜ਼ ਆਪਣੀਆਂ ਸਟੇਟਮੈਂਟਾਂ ਚੇਂਜ ਕਰ ਲੈਂਦੇ ਨੇ ਜਿਸ ਦਿਨ ਕਬਜ਼ਾ ਹੋਇਆ ਥਾਣੇ ਤੇ ਜਾਂ ਜਿਸ ਦਿਨ ਇਹਨੂੰ ਪਕੜਿਆ ਗਿਆ ਇਹਦੇ ਪੁਲਿਸ ਨੇ ਕਾਰਵਾਈ ਕੀਤੀ ਉਸ ਦਿਨ ਤਾਂ ਬੜੇ ਹੁਬ ਹੁਬ ਕੇ ਚੀਕਾਂ ਮਾਰ ਮਾਰ ਕੇ ਇਹਨਾਂ ਦੇ ਲੀਡਰ ਬਿਆਨ ਦੇ ਰਹੇ ਸੀਗੇ ਚਾਰ ਦਿਨਾਂ ਬਾਅਦ ਹਫਤੇ ਬਾਅਦ ਅੱਜ ਇਹਨਾਂ ਨੇ ਆਪਣਾ ਯੂ ਟਰਨ ਲੈ ਲਿਆ ਅਕਾਲੀ ਦਰ ਨੂੰ ਆਪਣੀ ਨੀਤੀ ਸਪਸ਼ਟ ਕਰਨੀ ਪੈਣੀ ਹੈ ਪੰਜਾਬ ਦੀ ਜਨਤਾ ਦੇ ਪ੍ਰਤੀ ਤੁਸੀਂ ਜਵਾਬ ਦੇਓ ਤਾਂ ਤੁਹਾਨੂੰ ਆਪਣਾ ਨੀਤੀ ਸਪਸ਼ਟ ਕਰਨੀ ਪਊਗੀ ਜਦ ਤੱਕ ਤੁਸੀਂ ਨੀਤੀ ਸਪਸ਼ਟ ਨਹੀਂ ਕਰਦੇ ਤਾਂ ਭਾਰਤੀ ਜਨਤਾ ਪਾਰਟੀ ਦਾ ਕੀ ਪੰਜਾਬ ਦੀ ਜਨਤਾ ਵੀ ਮੂੰਹ ਨਹੀਂ ਲਾਊਗੀ ਇਹਨੂੰ ਕੀਤੇ ਮਾ ਜੀ ਤੁਸੀਂ ਦੇਖ ਰਹੇ ਹੋ ਕਿ ਜੋ ਪੰਜਾਬ ਦਾ ਫਿਲਹਾਲ ਅੰਮ੍ਰਿਤਪਾਲ ਨੂੰ ਲੈ ਕੇ ਮਾਹੌਲ ਬਣ ਰਿਹਾ ਹੈ ਇਹਦੇ ਪਿੱਛੇ ਰਾਜਨੀਤਿਕ ਗਰੋਟੀਆਂ ਵੀ ਸੇਕੀਆਂ ਜਾ ਰਹੀਆਂ ਨੇ 100% ਇਹ 'ਚ ਕੋਈ ਸ਼ੱਕ ਨਹੀਂ ਮੈਂ ਸੋਚਦਾ ਵੀ ਅਗਰ ਇਹ ਸਰਕਾਰ ਨੇ ਇਸ ਕੰਮ ਨੂੰ ਕਰਨ ਦੇ ਵਿੱਚ ਇੰਨੀ ਦੇਰੀ ਲਗਾਈ ਆ ਅਗਰ ਇਹਨਾਂ ਸਮਾਦਰਤਾ ਤਾਂ ਇਹ ਸਰਕਾਰ ਦੀ ਕਿਤੇ ਨਾ ਕਿਤੇ ਵੱਧ ਨੀਤੀ ਬੜੀ ਗੰਭੀਰਤਾ ਨਾਲ ਨਜ਼ਰ ਆ ਰਹੀ ਆ ਲੋਕ ਇਸ ਗੱਲ ਦੇ ਉੱਤੇ ਬੜਾ ਸੰਗਿਆਨ ਲੈ ਰਹੇ ਨੇ ਹੋ ਸਕਦਾ ਆਪਣੀਆਂ ਕਿਹੜੀਆਂ ਕਿਹੜੀਆਂ ਨੁਕਾਮੀਆਂ ਛੁਪਾਉਣ ਦੇ ਲਈ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਕੰਮਾਂ ਨੂੰ ਛੁਪਾਉਣ ਦੇ ਲਈ ਇਹ ਇਸ ਟੰਗ ਨੂੰ ਇਹਨਾਂ ਨੇ ਲੇਟ ਕਰਕੇ ਇਸ ਟੰਗ ਨਾਲ ਪ੍ਰਸਾਰਿਤ ਕੀਤਾ ਬਿਲਕੁਲ ਇਹ ਲੋਕਲ ਸਰਕਾਰ ਦੀ ਬਹੁਤ ਵੱਡੀ ناکامی ਹੈ ਇਹ ਅੱਛਾ ਤੇ ਮਹਾ ਜੀ ਹੁਣ ਪੀਤੇ ਦਿਨੀ ਕੈਬਨਿਟ ਮੰਤਰੀ ਭਾਰਤ ਭੁਸ਼ਨ ਰਾਸ਼ੂ ਜੀ ਵੀ ਜ਼ਮਾਨਤ ਤੇ ਰਿਹਾ ਹੋਗੇ ਕੀ ਉਹਨਾਂ ਦੇ ਆਉਣ ਨਾਲ ਪੰਜਾਬ ਕਾਂਗਰਸ ਨੂੰ ਫਰਕ ਪਏਗਾ ਜੀ ਕੋਈ ਫਰਕ ਨਹੀਂ ਪਏਗਾ ਜੀ ਦੇਖੋ ਭਾਰਤ ਪੋਸ਼ਣ ਆਸ਼ੂ ਜੀ ਦੇ ਉੱਤੇ ਬੜੇ ਗੰਭੀਰ ਇਲਜ਼ਾਮ ਨੇ ਜ਼ਮਾਨਤ ਮਿਲਣਾ ਮਾਨਯੀ ਨਿਆਇਦੀਸ਼ ਵੱਲੋਂ ਉਹ ਹਰੇਕ ਦਾ ਰਾਈਟਾ ਹੱਕਾ ਜਿਸ ਤਰ੍ਹਾਂ ਨਿਆਲਿਆ ਸਮਝੂਗਾ ਉਸ ਤੰਗ ਦੇ ਨਾਲ ਕਾਨੂੰਨ ਵਿਵਸਥਾ ਦੇ ਅਨੁਸਾਰ ਉਹਨਾਂ ਦੇ ਉੱਤੇ ਉਹ ਕੰਮ ਚੱਲੇਗਾ ਲੇਕਿਨ ਜਦ ਤੱਕ ਜਿਹੜੇ ਉਹਨਾਂ ਤੇ ਏਡੇ ਗੰਭੀਰ ਏਡੇ ਕ腐ਸ਼ਨ ਦੇ ਇਲਜ਼ਾਮ ਲੱਗੇ ਨੇ ਜਦ ਤੱਕ ਉਹ ਇਲਜ਼ਾਮ ਦੇਉਤੋਂ ਕੋਡ ਬਰੀ ਨਹੀਂ ਕਰ ਦਿੰਦਾ ਉਦੋਂ ਤੱਕ ਜਨਤਾ ਕਿਸੇ ਨੂੰ ਮੂੰਹ ਲਾਨ ਵਾਲੀ ਨਹੀਂ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਜਮਾਨਜੀ ਹੁਣ ਆਪਣੇ ਨਿਵਾਸ ਸਿੰਘ ਸਿੱਧੂ ਜੀ ਵੀ ਜਲਦੀ ਬਾਹਰ ਆਣ ਵਾਲੇ ਨੇ ਉਹਨਾਂ ਬਾਰੇ ਕੀ ਚੀਜ਼ ਪਿਆਰਾ ਬੜਾ ਵਧੀਆ ਜੀ ਦੁਬਾਰਾ ਕਮੇਟੀ ਸ਼ੁਰੂ ਹੋਊਗੀ ਪੰਜਾਬ ਦੇ ਵਿੱਚ ਦੁਬਾਰਾ ਚੁਟਕਲੇ ਸ਼ੁਰੂ ਹੋਣਗੇ ਔਰ ਜਿਹੜਾ ਥੋੜਾ ਬਹੁਤਾ ਗੰਭੀਰ ਮਾਹੌਲ ਆ ਉਹ ਦੁਬਾਰਾ ਮਤਲਬ ਇੱਕ ਵਾਰੀ ਫੇਰ ਤੁਸੀਂ ਲੋਕ ਦੇਖੋਗੇ ਵੀ ਪਰ ਰੋਜ਼ ਨਵੀਂ ਨਵੀਂ ਗੱਲ ਸੁਣ ਰਹੇ ਆ ਤੇ ਹੋਰ ਇਸ ਤੋਂ ਇਲਾਵਾ ਤਾਂ ਮੈਨੂੰ ਕੋਈ ਬਦਲਾਅ ਨਹੀਂ ਨਜ਼ਰ ਆ ਰਿਹਾ ਦੇਖੋ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਵੇਂ ਕਾਂਗਰਸ ਦੇ ਵਿੱਚ ਉਥਲ ਪੁਥਲ ਹੋ ਰਹੀ ਆ ਉਹਨਾਂ ਦੇ ਏਰੀਆ ਦੇ ਬਲਾਕ ਪ੍ਰਧਾਨ ਬਦਲ ਤੇ ਇਹ ਕਿਤੇ ਨਾ ਕਿਤੇ ਇਹ ਪਤਾ ਲੱਗਦਾ ਵੀ ਉਹਨਾਂ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਤੇ ਬੜਾ ਕੁਝ ਤੁਹਾਨੂੰ ਦੇਖਣ ਨੂੰ ਰੋਜ਼ ਨਜ਼ਰ ਆਏਗਾ ਉਹਨਾਂ ਦੇ ਆਉਣ ਤੋਂ ਬਾਅਦ ਪੰਜਾਬ ਦਾ ਮਾਹੌਲ ਦੇ ਵਿੱਚ ਇੱਕਦਮ ਰਾਜਨੀਤਿਕ ਜਿਹੜੀ ਗੰਭੀਰਤਾ ਉਹ ਦੂਸਰੇ ਤਰੀਕੇ ਨਾਲ ਨਜ਼ਰ ਆਏਗੀ ਹਾਂ ਜੀ ਮਾਨਸਮ ਅੰਤਮ ਅੰਤ ਵਿੱਚ 2024 ਲੋਕ ਸਭਾ ਇਲੈਕਸ਼ਨ ਬਾਰੇ ਤੁਹਾਡਾ ਕੀ ਵਿਚਾਰ ਹੈ ਬੀਜੇਪੀ ਦੀ ਸਰਕਾਰ ਬੀਜੇਪੀ ਪੰਜਾਬ ਦੀਆਂ 13 ਤੇ 13 ਸੀਟਾਂ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਆਪਣਾ ਵਰਕ ਕਰ ਰਹੀ ਹੈ ਔਰ ਇਸ ਵਾਰੀ ਪੰਜਾਬ ਦੇ ਨਤੀਜੇ ਬਿਲਕੁਲ ਹਿੰਦੁਸਤਾਨ ਦੇ ਵਿੱਚ ਦੁਬਾਰਾ ਮੋਦੀ ਜੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਵੱਧ ਚੜ ਕੇ ਆਪਣਾ ਸਹਿਯੋਗ ਪਾਣਗੇ ਔਰ ਇੱਕ ਬੜੀ ਭਾਰੀ ਤਦਾਦ ਦੇ ਵਿੱਚ ਸਾਡੇ ਇਥੋਂ ਮੈਂਬਰ ਪਾਰਲੀਮੈਂਟ ਜਿੱਤ ਕੇ ਲੋਕ ਸਭਾ ਚ ਰਾਜ ਸਭਾ ਜਾਣਗੇ ਸੋ ਇਹ ਸੰਜੀ ਲੁਧਿਆਣਾ ਤੋਂ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਰਜੀਸ਼ ਤਮਾਨ ਜੀ ਜਿਨ੍ਹਾਂ ਨੇ ਸਾਡੇ ਹਰ ਸਵਾਲ ਦਾ ਜਵਾਬ ਬੜੀ ਵਿਵਾਕੀ ਨਾਲ ਦਿੱਤਾ ਸੋ ਤਮਾਨ ਜੀ ਤੁਹਾਡਾ ਲੁਧਿਆਣਾ ਜੀ ਦਫਤਰਾਂ ਤੇ ਬਹੁਤ ਬਹੁਤ ਧੰਨਵਾਦ ਜੀ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰੇ